ਨਹੀਂ ਹਮਲਾ ਦਾ ਮਾਮਲਾ ਨਹੀਂ ਸੀਗਾ, ਮੈਂ ਐਸੇ ਹੀ ਕੋਈ ਬਹਿਕਾਵੇ ਮੇਂ ਆ ਕਰਕੇ ਉਹ ਮੇਰੇ ਸੇ ਟਾਲਾ ਪੇ ਲੱਗ ਗਿਆ ਥਾ। ਮੈਂ ਨਾ ਕੰਪਲੇਂਟ ਦੇਣਾ ਥਾ ਨਾ ਚੌਕੀ ਵਿਥਾਨ ਮੇਂ, ਕੁਛ ਐਸਾ ਵੀ ਕੋਈ ਕਾਮ ਨਹੀਂ ਮੇਰਾ ਥਾ, ਨਾ ਹੀ ਗਨਮੈਨ ਮੇਂ ਕਾ ਕੋਈ ਵਾਸਤਾ ਹੈ, ਨਾ ਮੇਰੇ ਕੋ ਨਾ ਹੀ ਕੋਈ ਗਨਮੈਨ ਕਾ। ਮੈਂ ਸ਼ਿਵ ਸੈਨਾ ਹਿੰਦੁਸਤਾਨ ਮੇਂ ਆਜ ਕਰੀਬਨ 29 ਸਾਲ ਸੇ ਹੈ, ਨਹੀਂ ਗਨਮੈਨ ਕਾ ਕੋਈ ਰੋੜਾ ਨਹੀਂ ਹੈ। ਉਹ ਇੱਕ ਅਮਰ ਨਾਮ ਕਾ ਲੜਕਾ ਥਾ, ਉਹਨੇ ਵਟਸਐਪ ਪਰ ਹੀ ਫੋਟੋ ਡਾਲ ਦਿੱਤਾ ਹੈ ਔਰ ਸਾਰਾ ਕੁਛ ਉਹੀ ਕੀਤਾ। ਮੈਨੂੰ ਇਹ ਗੱਲ ਦਾ ਬਿਲਕੁਲ ਪਤਾ ਨਹੀਂ ਸੀ। ਲੁਧਿਆਣੇ ਦੇ ਵਿੱਚ ਨਰਿੰਦਰ ਭਾਰਦਵਾਜ ਨਾਂ ਦੇ ਵਿਅਕਤੀ ਨੇ ਐਫ ਆਈ ਆਰ ਦਰਜ ਕਰਵਾਈ ਸੀ ਕਿ 6 ਮਾਰਚ ਨੂੰ ਰਾਤ 8 ਵਜੇ ਉਹਦੇ ਉੱਪਰ ਜਾਨਲੇਵਾ ਹਮਲਾ ਹੋ ਗਿਆ ਅਤੇ ਕੁਛ ਬੰਦੇ ਉਹਦੀ ਕਾਰ ਨੂੰ ਭੰਨ ਤੋੜ ਗਏ। ਉਸ ਬੇਸ 'ਤੇ ਪੁਲਿਸ ਨੇ ਆਪਣੀ ਵੱਖ ਵੱਖ ਟੀਮਾਂ ਬਣਾ ਕੇ ਇਹਦੀ ਪੜਤਾਲ ਕੀਤੀ। ਅਤੇ ਨਰਿੰਦਰ ਭਾਰਦਵਾਜ ਦਾ ਇਹ ਵੀ ਕਹਿਣਾ ਸੀ ਕਿ ਉਹ ਕਿਉਂਕਿ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦਾ ਇੱਕ ਲੇਬਰ ਵਿੰਗ ਦਾ ਪ੍ਰਧਾਨ ਹੈ, ਇਸ ਕਰਕੇ ਉਸ 'ਤੇ ਹਮਲਾ ਹੋਇਆ ਅਤੇ ਉਸਨੂੰ ਸੁਰੱਖਿਆ ਦਿੱਤੀ ਜਾਵੇ। ਅਤੇ ਉਸ ਬੇਸ 'ਤੇ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕੀਤੀ, ਉਸਦੇ ਵਿੱਚ ਪਤਾ ਲੱਗਿਆ ਕਿ ਜੋ ਇਸਨੇ ਆਪਣੀ ਹਮਲੇ ਦੀ ਜਿਹੜੀ ਕਹਾਣੀ ਬਣਾਈ ਹੈ ਉਹ ਬਿਲਕੁਲ ਝੂਠੀ ਹੈ। ਇਸਦਾ ਕੁਦਰਤੀ ਤੌਰ 'ਤੇ ਕਿਸੇ ਟਰੋਲੇ ਨਾਲ ਉਸ ਦਿਨ ਐਕਸੀਡੈਂਟ ਹੋ ਗਿਆ ਸੀ ਐਂਡ ਸੁਰੱਖਿਆ ਲੈਣ ਲਈ, ਪੁਲਿਸ ਦੀ ਸਿਕਿਉਰਿਟੀ ਲੈਣ ਲਈ ਇਹਨੇ ਆਪਣੀ ਇੱਕ ਕਹਾਣੀ ਬਣਾ ਕੇ ਪੁਲਿਸ ਨੂੰ ਗੁੰਮਰਾਹ ਕੀਤਾ, ਜਿਸ ਕਰਕੇ ਪੁਲਿਸ ਨੇ ਉਸੇ ਐਫ ਆਈ ਆਰ ਦੇ ਵਿੱਚ ਇਸਨੂੰ ਅਰੈਸਟ ਕਰ ਲਿਆ ਅਤੇ ਬਾਕੀ ਦੀ ਤਫਤੀਸ਼ ਅਸੀਂ ਜਾਰੀ ਕਰ ਦਿੱਤਾ। ਨਹੀਂ, ਇਸ ਤਰੀਕੇ ਦਾ ਕੋਈ ਇਸ ਨਹੀਂ।